ਸਤਿ ਸ਼੍ਰੀ ਅਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ ਬਠਿੰਡੇ ਖੜ੍ਹਿਆ ਜੀ, ITI ਵਾਲੇ ਪੁਲ ਦੇ ਥੱਲੇ। ਇੱਧਰੋਂ ਜਦੋਂ ਆਪਾਂ ਕੋਟ ਸਮੀਰ ਕੰਨੀ ਆਉਂਦੇ ਹਾਂ, ਪੁਲ ਨਹੀਂ ਚੜ੍ਹਨਾ ਨੀਚੇ ਜੀ। ਇੱਥੇ ਆਪਣੇ ਮਿੱਤਰ ਹੈ ਬਾਈ ਕੁੱਤਿਆਲ ਤੋਂ ਗੁਰਵਿੰਦਰ ਹੋਰੀ, ਉਹਨਾਂ ਨੇ ਨਾਲੇ ਤਾਂ ਇੰਡੋ ਫਾਰਮ ਟਰੈਕਟਰਾਂ ਦੀ ਏਜੰਸੀ ਲਿੱਤੀ ਆ, ਅਤੇ ਨਾਲ ਉਹਨਾਂ ਕੋਲ ਡੀਲਰਸ਼ਿਪ ਹੈ ਜਗਤਜੀਤ ਦੀ। ਜਿਵੇਂ ਹੁਣ ਬਾਈ ਸੀਜ਼ਨ ਹੈ ਸੁਪਰ ਸੀਡਰਾਂ ਦਾ, ਹੈ ਨਾ, ਅਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਕੀ ਸਬਸਿਡੀ ਦਾ ਸਿਸਟਮ, ਕੀ ਗੱਲਬਾਤ ਆ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ, ਪਹਿਲਾਂ ਇਹ ਜਿਹੜੀ ਜਗਤਜੀਤ ਦੀ ਏਜੰਸੀ, ਮੰਨ ਲਓ ਡੀਲਰਸ਼ਿਪ ਕਿਸੇ ਕੋਲ ਹੋਰ ਸੀ? ਹਾਂਜੀ ਹਾਂਜੀ, ਪਹਿਲਾਂ ਤੁਸੀਂ ਹੁਣ ਲਈ ਆ? ਹੁਣ ਆਪਾਂ ਲਈ ਹੈ। ਅੱਛਾ, ਤੇ ਸੰਦ ਸਾਰੇ ਮਿਲਦੇ ਆ ਬਾਈ ਆਪਣੇ ਕੋਲ? ਸਾਰੇ ਜਗਤਜੀਤ ਦੇ ਜਿੰਨੇ ਆਉਂਦੇ ਆ, ਸੁਪਰ ਸੀਡਰ ਹੋ ਗਿਆ ਜੀ, ਰੂਟਾਵੀਟਰ ਹੋ ਗਿਆ ਜੀ, ਹਾਂ, ਆਪਣਾ ਤੂੜੀ ਵਾਲੀ ਮਸ਼ੀਨ ਜਿਹਨੂੰ ਆਪਾਂ ਤੂੜੀ ਵਾਲਾ ਰੀਪਰ ਕਹਿ ਦਿੰਦੇ ਆ ਜੀ, ਹਾਂਜੀ, ਠੀਕ ਹੈ ਜੀ, ਕੰਪਿਊਟਰ ਕਰਾਹਾ ਹੋ ਗਿਆ ਜੀ, ਹਾਂਜੀ, ਬੇਲਰ ਹੋ ਗਿਆ ਜੀ, ਹਾਂਜੀ, ਸਾਰੀਆਂ ਚੀਜ਼ਾਂ ਇਹ ਆਪਣੇ ਕੋਲ ਮਿਲਦੀਆਂ ਜੀ। ਠੀਕ ਹੈ, ਤੇ ਬਾਈ ਸਬਸਿਡੀ ਦਾ ਐਤਕੀ ਫਿਰ ਕੀ ਸਿਸਟਮ ਆ ਜਾ ਇੱਧਰ? ਸਬਸਿਡੀ ਜੀ ਆਪਣੇ ਕੋਲ, ਮੰਨ ਲਓ ਸਬਸਿਡੀ ਤੇ ਸਾਰੀ ਆਪਣੇ ਸੁਪਰ ਸੀਡਰ ਹੈ ਜੀ, ਹੁਣ ਸਭ ਸੁਪਰ ਸੀਡਰ ਤੇ ਹੈ, ਜੀਰੋ ਡਰਿਲ ਤੇ ਹੈ ਜੀ, ਕਰਚਿਆਂ ਵਾਲੇ ਰੀਪਰ ਤੇ ਹੈ ਜੀ, ਠੀਕ ਹੈ ਜੀ, ਬੇਲਰ ਤੇ ਹੈ ਜੀ, ਸਾਰਿਆਂ ਤੇ ਸਬਸਿਡੀ ਆ, ਸਾਰਿਆਂ ਤੇ ਆ 50-80% ਦੇ ਵਿੱਚ ਜੀ। ਠੀਕ ਆ, ਜਿਹੜੀ ਇਹ ਕੰਪਨੀ ਹੈ, ਮੰਨ ਲਓ ਜਗਤਜੀਤ, ਜਿਹੜੇ ਸਾਰੇ ਸੰਦ ਮੰਨ ਲਓ ਪਾਸ ਹੈ? ਹਾਂਜੀ ਹਾਂਜੀ, ਸਾਰੇ ਸਬਸਿਡੀ ਦੇ ਵਿੱਚ ਪਾਸ ਹੈ ਜੀ ਇਹ। ਠੀਕ ਹੈ, ਠੀਕ ਹੈ ਜੀ, ਇਹ 8 ਫੁੱਟਾ ਸੁਪਰ ਸੀਡਰ ਹੈ ਜੀ, ਆਪਾਂ ਨੂੰ 7 ਤੋਂ ਲੈ ਕੇ ਜੀ 7, 8, 9 ਤੇ 10 ਫੁੱਟੇ ਤੱਕ ਆਪਾਂ ਨੂੰ ਸਾਰੇ ਸੁਪਰ ਸੀਡਰ ਮਿਲ ਜੂਗਾ ਜੀ। ਠੀਕ ਹੈ ਬਾਈ, ਜਗਤਜੀਤ ਵਾਲੇ ਹਰ ਸਾਲ ਸੋਧ ਕਰਦੇ ਆ, ਇਸ ਵਾਰ ਵੀ ਕੋਈ ਕਰੀ ਹੈ ਨਵੀਂ? ਹਾਂਜੀ ਹਾਂਜੀ ਬਾਈ ਜੀ, ਬਹੁਤ ਵਧੀਆ ਆਈ ਤੀ, ਉਹਦੇ ਨਾਲ ਸੋਧ ਕਰੀ ਹੈ। ਪਿੱਛੇ ਇਹਨਾਂ ਨੇ ਨਾ ਜਿਵੇਂ ਅੱਗੇ ਡਿਸਕਾਂ ਲਾਈਆਂ ਬੋਰਨ ਸਟੀਲ ਦੀਆਂ ਜੀ, ਹਾਂਜੀ, ਇਹਦੇ ਪਿੱਛੇ ਟੈਨਾਂ ਲਾਤੀਆਂ ਜੀ, ਹਾਂਜੀ, ਇਹ ਮੰਨ ਲਓ ਕੋਈ, ਮੰਨ ਲਓ ਬੀਜ ਕੋਈ ਨੰਗਾ ਰਹਿੰਦਾ ਤੇ ਟੈਨਾਂ ਨਾਲ ਟਕਿਆ ਜਾਂਦਾ ਜੀ। ਠੀਕ ਹੈ ਜੀ। ਅੱਛਾ ਜੀ, ਇਹਨਾਂ ਨੇ ਵਿੱਚ ਇੱਕ ਜਾਲੀ ਲਾਤੀ ਜੀ ਅੰਦਰ ਇਹਦੇ। ਅੱਛਾ ਜੀ, ਠੀਕ ਹੈ ਜੀ, ਇਹ ਆਪਾਂ ਮੰਨ ਕੇ ਚੱਲੋ ਵੀ ਜਦੋਂ ਆਪਾਂ ਰੇਹ ਆਪਣੀ ਆਪਾਂ ਰੇਹ ਪਾਉਣੇ ਆ ਜੀ, ਹਾਂਜੀ, ਰੇਹ ਦੇ ਵਿੱਚ ਕੋਈ ਡਲੀ ਵਗੈਰਾ ਆ ਜਾਂਦੀ, ਕੋਈ ਪਿਸਤੌਲ ਦੇ ਵਿੱਚ ਚੜ ਜਾਂਦੀ ਹੈ ਜੀ, ਉਹ ਅੜਦੀ ਨਹੀਂ, ਜਾਲੀ ਲਾਤੀ, ਅਗਰ ਜਾਲੀ ਲਾਤੀ ਪਿਸਤੌਲ ਸੇਫ ਰਹਿੰਦਾ, ਪਿਸਤੌਲ ਸੇਫ ਰਹਿੰਦਾ ਜੀ, ਵਧੀਆ। ਠੀਕ ਹੈ, ਤੇ ਬਈ ਇਹ ਤੇ ਜੇ ਮੰਨ ਲਓ ਲੋਨ ਲਾਉਣ ਵੀ ਹੋ ਜਾਂਦਾ? ਹਾਂਜੀ ਹਾਂਜੀ, ਲਾਉਣ ਵੀ ਹੋ ਜਾਂਦਾ ਜੀ ਸਾਰੇ ਦੇ। ਠੀਕ ਹੈ ਮਿੱਤਰੋ, ਨੰਬਰ ਚੱਲੀ ਜਾਂਦੇ ਆ ਬੰਦੇ ਆਪਣੇ ਆ ਬਾਈ, ਪਹਿਲਾਂ ਤਲਵੰਡੀ ਗੁਰਵਿੰਦਰ ਹੋਈ ਤੁਸੀਂ ਜਾਣਦੇ ਕੁੱਤਿਆਲ ਤੋਂ, ਤੇ ਆਹ ਬਾਈ ਨਾਲ ਪਾਰਟਨਰਸ਼ਿਪ 'ਚ ਹੈ, ਤੇ ਇਹਨਾਂ ਨੇ ਜਗਤਜੀਤ ਦੀ ਡੀਲਰਸ਼ਿਪ ਲਈ ਆ ਪੁਲ ਦੇ ਥੱਲੇ, ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅੱਛਾ, ਸਬਸਿਡੀ ਪਾਸ ਕਰਦੇ, ਸਬਸਿਡੀਆਂ ਆ ਗਈਆਂ ਬਾਈ? ਹਾਂਜੀ ਹਾਂਜੀ, ਸਬਸਿਡੀਆਂ ਆ ਗਈਆਂ। ਕੀ ਕੱਚ ਰਹਿ ਗਈ? ਬਸ ਕੋਈ ਨਹੀਂ, ਬਸ ਆ ਟੋਟਲ ਸ਼ੁਰੂ ਹੋਣ ਵਾਲੇ ਜੀ, 1-2 ਦਿਨਾਂ ਦੇ ਵਿੱਚ ਸਾਈਡ ਖੁੱਲ ਜੂਗੀ। ਸਾਰੇ ਭਰਾਵਾਂ ਨੂੰ, ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਤੁਹਾਡੇ ਕੋਲ ਇੱਕ ਵਾਰੀ ਸਾਡੇ ਕੋਲ ਜ਼ਰੂਰ ਮੌਕਾ ਦੇਣ। ਅੱਛਾ ਬਾਈ, ਮੇਰੇ ਆਖੇ ਟਰਾਈ ਮਾਰਨ ਜ਼ਰੂਰ ਆਇਓ, ਰੇਟ ਰੂਟ ਬਾਈ ਹੋਰਾਂ ਦੇ ਸਿਰੇ ਜਾਣ ਵਾਲੇ ਬੰਦੇ ਨਹੀਂ ਹੈਗੇ, ਜਗਤਜੀਤ ਤੇ ਤੁਹਾਨੂੰ ਭਰੋਸਾ ਹੈਗਾ ਹੀ ਆ, ਅਤੇ ਬਾਕੀ ਬਾਈ ਕਹਿੰਦੇ ਮਾਲ ਗੱਡੀ ਆ ਰਹੀ ਹੈ 1-2 ਦਿਨ 'ਚ, ਅਤੇ ਮਾਲ ਸਾਰੇ ਹੀ ਸੰਦ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੇ ਜਗਤਜੀਤ ਵਾਲਿਆਂ ਦੇ। ਜਗਤਜੀਤ ਵਾਲਿਆਂ ਦੇ ਆਪਾਂ ਤੁਹਾਨੂੰ ਪਤਾ ਫੈਕਟਰੀ 'ਚ ਵੀ ਜਾਂਦੇ ਰਹਿੰਦੇ ਹਾਂ, ਹਰ ਵਾਰ ਸੋਧ ਕਰਦੇ ਆ ਉਹ, ਅਤੇ ਬਾਈ ਉਹਨਾਂ ਨੇ ਨਵੀਂ ਡੀਲਰਸ਼ਿਪ ਲਿੱਤੀ ਹੈ, ਸਾਥ ਦੇਈਏ, ਰੇਟ ਦਾ ਜਿੱਥੋਂ ਮਰਜ਼ੀ ਤੁਸੀਂ ਟਰਾਈ ਮਾਰ ਕੇ ਆ ਜਾਓ, ਕਿਸੇ ਵੀਰ ਨੇ ਲੋਨ ਕਰਾਉਣਾ ਲੋਨ ਵੀ ਹੋ ਜੂਗਾ, ਅਤੇ ਜਗਤਜੀਤ ਦਾ ਜਿਹੜਾ ਹੈਗਾ ਰੋਟਾਵੇਟਰ ਇਹ ਵੀ ਬਹੁਤ ਕਾਮਯਾਬ ਆ, ਇਹ ਵੀ ਤੁਸੀਂ ਲੈ ਸਕਦੇ ਹੋ, ਇਹਦੀ ਵੀ ਰੇਟ ਵੀ ਦੂਜਿਆਂ ਨਾਲੋਂ ਫਰਕ ਹੈ। ਰੂਟਾਵੀਟਰ ਵੀ ਸਾਰੇ ਹੀ ਮਿਲ ਜਾਣਗੇ ਜੀ, 7 ਤੋਂ 8 ਜੋ 9 10, ਜਿਵੇਂ ਅੱਜ ਕੱਲ੍ਹ 12 ਦਾ ਰਿਵਾਜ ਆ। ਹਾਂਜੀ, 12 ਦਾ ਵੀ ਮਿਲ ਜੂਗਾ, 12 ਵੀ ਮਿਲ ਜੂਗਾ। ਹਾਂਜੀ ਹਾਂਜੀ, 12 ਆਹ ਨੰਬਰਾਂ 'ਤੇ ਕਰ ਲਓ ਸੰਪਰਕ, ਅਤੇ ਹੁਣ ਆਪਾਂ ਬਾਈ ਗੁਰਵਿੰਦਰ ਨਾਲ ਕਰਦੇ ਹਾਂ ਗੱਲ ਟਰੈਕਟਰਾਂ ਬਾਰੇ, ਆ ਜਾਓ ਵੀ। ਗੁਰਵਿੰਦਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਮਾਨ ਹੋਰ ਕੀ ਹਾਲ ਆ? ਠੀਕ ਹੈ, ਪਹਿਲਾਂ ਤਾਂ ਬਾਈ ਤੈਨੂੰ ਮੁਬਾਰਕਾਂ। ਧੰਨਵਾਦ ਬਾਈ। ਸੰਦ ਵੇਚ ਦੇ ਵੇਚਦੇ ਨੇ ਟਰੈਕਟਰਾਂ ਦੀ ਏਜੰਸੀ ਲੈ ਲਈ, ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਵੀ। ਤੇ ਅੱਛਾ ਬਾਈ, ਇੰਡੋ ਫਾਰਮ ਟਰੈਕਟਰ ਇਹ ਮੰਨ ਲਓ 60 ਹਾਰਸ ਪਾਵਰ ਦਾ? ਹਾਂਜੀ, ਇਹ 60 ਦਾ ਵੀ ਆਪਣਾ ਲੈ ਕੇ ਨਾ 30 HP ਤੋਂ 90 HP ਤੱਕ ਆਉਂਦਾ। 4x4 ਵੀ ਆਉਂਦਾ, 4 wheel 'ਚ ਵੀ ਆਉਂਦਾ, 2 wheel 'ਚ ਵੀ ਆਉਂਦਾ।
ਸਾਈਡ ਗੇਅਰ ਹੈ। 4 ਸਪੀਡ ਚ ਵੀ ਆਉਂਦਾ। ਅੱਛਾ ਹਾਂ, 4 ਸਪੀਡਾਂ ਚ ਵੀ ਆਉਂਦਾ, 2 ਸਪੀਡ ਵੀ ਆਉਂਦਾ। 2 ਸਪੀਡ ਵੀ ਆਉਂਦਾ, ਹਾਂ ਦੋਨੇ ਆਪਸ਼ਨ ਇਹਦੇ ਚ। ਇਹ ਬਾਈ ਲੋਕ ਮੰਨ ਲਾ ਜੇ ਮੋਟਰੀ ਗੱਲ ਕਰੀਏ, ਕਿਉਂ ਖਰੀਦਣੇ ਦਾ ਕੀ ਫਾਇਦਾ ਲੋਕਾਂ ਨੂੰ ਇਹ ਖਰੀਦਣ ਦਾ? ਬਾਈ ਜੀ ਐ ਵੀ ਦੂਜੇ ਆਮ ਟਰੈਕਟਰਾਂ ਨਾਲੋਂ ਸਸਤਾ ਹੈ। ਸਸਤਾ ਹੈ ਹਾਂ, 2 ਲੱਖ ਰੁਪਏ ਦਾ ਫਰਕ ਹੈਗਾ। ਅੱਛਾ, 2.5 ਲੱਖ ਰੁਪਏ ਦਾ ਹਰੇਕ ਟਰੈਕਟਰ, ਕੋਈ ਵੀ ਆਪਾਂ ਚਲੋ ਕੰਪਨੀ ਦਾ ਨਾਂ ਕੀ ਲੈਣਾ। ਹਾਂ, ਨਾਂ ਤਾਂ ਜਿਹਨੂੰ ਲੋਕ ਸਸਤੇ ਤੋਂ ਸਸਤਾ ਕਹਿੰਦੇ ਉਹ ਤੋਂ ਵੀ ਸਸਤਾ। ਉਹ ਵੀ ਸਸਤਾ ਹੈ, ਠੀਕ ਹੈ। ਸਸਤੇ ਦਾ ਕਾਰਨ ਕੀ ਹੈ? ਕੋਈ ਐ ਨਹੀਂ ਵੀ ਇਹ ਕੁਆਲਿਟੀ ਡਾਊਨ ਕਰਕੇ ਸਸਤਾ ਹੈ। ਸਸਤਾ ਇਹ ਹੈ ਵੀ ਫੈਕਟਰੀ ਦੇ 80% ਉੱਥੇ ਅਸੈਂਬਲ ਹੁੰਦਾ, ਸਾਰੇ ਪਾਰਟ ਅੰਦਰ ਹੀ ਬਣਦੇ ਇਹਦੇ। ਅੱਛਾ, ਬਾਡੀ ਵਗੈਰਾ, ਬਲਾਕ ਵਗੈਰਾ, ਢਲਾਈ ਦਾ ਕੰਮ ਵੀ ਕੰਪਨੀ ਆਪਦਾ ਹੀ ਹੈ। ਆਪਦਾ ਹੀ ਪ੍ਰੋਜੈਕਟ ਹੈ? ਆਪਦਾ ਹੀ ਪ੍ਰੋਜੈਕਟ ਹੈ, ਠੀਕ ਹੈ। ਤੇ ਨੰਬਰ 2 DAE ਇੰਜਨ ਆ ਗਿਆ ਜਿਹਦਾ, ਡੀਜ਼ਲ ਦੀ ਖਪਤ ਤੇਲ ਖਰਚਾ ਤੇਲ ਖਰਚਾ ਘੱਟ ਹੈ ਜੀ DAE ਇੰਜਨ। ਜ਼ਿਮੀਂਦਾਰਾਂ ਨੂੰ ਪਤਾ ਹੀ ਹੈ ਵੀ DAE ਦਾ ਖਰਚਾ ਘੱਟ ਹੀ ਹੁੰਦਾ, ਠੀਕ ਹੈ। ਬਠਿੰਡੇ 'ਚ ਇਕੱਲੀ ਤੁਹਾਡੇ ਕੋਲ ਹੀ ਬਾਈ ਜਾਨ? ਬਠਿੰਡਾ ਆਪਣੇ ਕੋਲ ਹੀ ਹੈ ਬਾਈ ਜੀ, ਬਠਿੰਡਾ, ਤਲਵੰਡੀ ਸਾਬੋ, ਰਾਮਪੁਰਾਪੁਰ। ਤਲਵੰਡੀ ਸਾਬੋ ਕਿੱਥੇ ਜੀ ਹੈ? ਤਲਵੰਡੀ ਸਾਬੋ ਜ਼ਿਮੀਂਦਾਰਾਂ ਨੂੰ ਪਤਾ ਹੀ ਆਪਣਾ ਸ਼ਕਤੀਮਾਨ ਦਾ ਸ਼ੋਰੂਮ, ਟਰੈਕਟਰ ਮੰਡੀ ਦੇ ਵਿੱਚ, ਟਰੈਕਟਰ ਮੰਡੀ ਕੋਲੇ, ਉੱਥੇ ਟਰੈਕਟਰ ਖੜੇ ਆਪਣੇ, ਉੱਥੇ ਵੀ ਖੜੇ ਆ ਜੀ। ਤੇ ਲੋਨ ਲੈਣ ਦੀ ਸੁਵਿਧਾ ਬਾਈ? ਲੋਨ ਵੀ ਹੋ ਜਾਂਦਾ ਬਾਈ ਜੀ, ਸਰਕਾਰੀ, ਪ੍ਰਾਈਵੇਟ, ਸਾਰੇ ਤਰ੍ਹਾਂ ਦਾ ਹੋ ਜਾਂਦਾ ਹੈ। ਪ੍ਰਾਈਵੇਟ ਬਾਈ, ਕਈ ਵੀਰਾਂ ਨੂੰ ਜ਼ਿਮੀਂਦਾਰਾਂ ਨੂੰ ਪ੍ਰੋਬਲਮ ਹੁੰਦੀ ਹੈ, ਸਿੱਬਲ ਸੁੱਬਲ ਡਾਊਨ ਹੁੰਦਾ, ਫਿਰ ਵੀ ਹੱਲ ਹੋ ਜਾਂਦਾ? ਸਿੱਬਲ ਮਾੜਾ ਮੋਟਾ ਤਾਂ ਚੱਲ ਜਾਂਦਾ ਬਾਈ ਜੀ, ਠੀਕ ਹੈ। ਜ਼ਿਆਦਾ ਡਾਊਨ ਆ ਫਿਰ ਥੋੜਾ ਜਿਹਾ ਮੁਸ਼ਕਲ ਹੈ, ਠੀਕ ਹੈ। ਮਾੜਾ ਮੋਟਾ ਕੋਈ ਦਿੱਕਤ ਨਹੀਂ, ਉਹਦਾ ਕਰਵਾ ਦੇਵਾਂਗੇ ਸੈਟ। ਅੱਛਾ, ਟਰੈਕਟਰ 4x4 ਵੀ ਆ ਰਹੇ ਆਪਣੇ ਕੋਲ? 4x4 ਵੀ ਆ ਜਾਣਗੇ 5-4 ਦਿਨਾਂ 'ਚ, ਠੀਕ ਹੈ। ਬਾਕੀ ਇਹ ਚੱਲੀ ਜਾਂਦੇ, ਦਿੱਤੇ ਵੀ ਅਸੀਂ 2-4 ਟਰੈਕਟਰ ਦਿੱਤੇ, 20 ਦਿਨ ਹੋਏ ਆ। ਛੋਟੇ ਟਰੈਕਟਰ ਹੈ? ਹਾਂ। ਗਰੰਟੀ ਵਰੰਟੀ ਬਾਈ ਇਹਦੀ? ਗਰੰਟੀ ਵਧੀਆ ਬਾਈ ਜੀ, 1000 ਘੰਟਾ ਤੇ 2 ਸਾਲ। ਆਹ ਦੇਖੋ ਬਾਈ ਜੀ, MRF ਦੇ ਟਾਇਰ ਲੱਗੇ ਹੋਏ ਆ ਸਿਰੇ ਦੀ ਕੰਪਨੀ ਦੇ। ਐਂ ਨਹੀਂ ਵੀ ਉਹੀ ਲੱਲ ਬੱਲ ਕਰਿਆ, ਕਿਸੇ ਗੱਲੋਂ ਘੱਟ ਨਹੀਂ ਹੈਗਾ ਟਰੈਕਟਰ, ਠੀਕ ਹੈ। ਸਾਡੇ ਲੋਕ ਨਾ ਮਗਰ ਪੈ ਜਾਂਦੇ ਆ, ਤੁਸੀਂ ਇਹਨੂੰ ਵਾਹ ਕੇ ਦੇਖੋ, ਟੈਸਟ ਡਰਾਈਵ ਲੈ ਕੇ, ਜੇ ਕਿਸੇ ਗੱਲੋਂ ਘੱਟ ਕਹਾ ਗਿਆ ਤਾਂ ਫੇਰ ਗਿਓ ਕਿ ਨਹੀਂ ਬਾਈ? ਬਾਕੀ ਜੇ ਕਿਸੇ ਵੀਰ ਨੇ ਸਰਵਿਸ ਕਰਾਉਣੀ ਹੈ, ਪੁਰਾਣਾ ਟਰੈਕਟਰ ਹੈ, ਕੋਈ ਵਾਰੰਟੀ ਕਲੇਮ ਰਹਿੰਦਾ, ਉਹ ਵੀ ਆਪਾਂ ਕਰਵਾ ਕੇ ਦੇਵਾਂਗੇ। ਬਠਿੰਡੇ ਦੇ ਵਿੱਚ ਬਾਈ ਕਿਸੇ ਨਹੀਂ ਵੀ ਆਪਣੇ ਤੋਂ ਟਰੈਕਟਰ ਨਹੀਂ ਲੈਤਾ, ਚਲੋ ਪਹਿਲਾਂ ਡੀਲਰ ਸੀ ਉਹ ਤੋਂ ਖਰੀਦਿਆ, ਕੋਈ ਵਾਰੰਟੀ 'ਚ ਦਿੱਕਤ ਹੈ ਉਹ ਵੀ ਆਪਾਂ ਕਰਵਾ ਕੇ ਦੇਵਾਂਗੇ ਕੰਪਨੀ, ਠੀਕ ਹੈ ਬਾਈ। ਬਠਿੰਡੇ ਦੇ ਵਿੱਚ ਬਾਈ ਹੋਰਾਂ ਕੋਲ ਆ ਨੰਬਰ ਚੱਲੀ ਜਾਂਦੇ ITI ਪੁਲ ਦੇ ਥੱਲੇ, ਕੋਈ ਵਾਰੰਟੀ ਹੈ ਰਹਿੰਦੀ ਜਾਂ ਕੋਈ ਟਰੈਕਟਰ 'ਚ ਕੋਈ ਦਿੱਕਤ ਆ ਗਈ ਜਾਂ ਸਰਵਿਸ ਕਰਾਉਣੀ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਠੀਕ ਹੈ ਜੀ। ਇੰਡੋ ਫਾਰਮ ਅਤੇ ITI ਪੁਲ ਆ ਗਿਆ, ਕੋਟਸਮੀਰ ਵਾਲੀ ਸਾਈਡ ਦੇ ਪਾਸੇ ਇੱਧਰੋਂ ਆਉਣਾ ਤੁਸੀਂ, ਥੱਲੇ ਪੁਲ ਨਹੀਂ ਚੜ੍ਹਨਾ। ਆਹ ਕਿਹਾ ਹਾਊਸ ਪਾਵਰਾ ਬਾਈ? ਇਹ ਵੀ 50 HP ਹੈ। ਅੱਛਾ, 50 HP ਆ, 50 ਹਾਊਸ ਪਾਵਰ। 3 ਸਿਲੰਡਰ ਇੰਜਨ ਹੈ, ਠੀਕ ਹੈ। ਛੋਟੇ ਇਹਦੇ 14 ਵਾਲੇ, ਠੀਕ ਹੈ। ਵੀ ਮੰਨ ਲਓ ਤੁਹਾਡੇ ਕੋਲ ਸਾਰੀ ਮਿਲ ਜਾਣਗੇ, ਜਿੰਨੇ ਵੀ ਇਹਨਾਂ ਦੇ ਆਉਂਦੇ ਆ। ਇਹ NV ਮਾਡਲ ਹੈ, ਇੱਕ DAE ਆਉਂਦਾ, ਉਹ DAE ਮਾਡਲ ਹੈ, ਉਹ DAE ਮਾਡਲ ਹੈ, 3 ਸਿਲੰਡਰ ਇੰਜਨ 'ਚ ਆ ਗਿਆ ਜੀ, ਠੀਕ ਹੈ। ਹਾਂ, ਬਾਕੀ ਸਰਵਿਸ ਦਾ, ਰਿਪੇਅਰ ਦਾ, ਜੋ ਵੀ ਕਲੇਮ ਦਾ ਸਾਰਾ ਤੁਹਾਡੇ ਕੋਲ ਹੈਗਾ ਜੀ, ਤਾਂ ਕੋਈ ਵਾਰੰਟੀ 'ਚ ਰਹਿੰਦਾ ਕਲੇਮ ਵਗੈਰਾ ਉਹ ਆਪਾਂ ਕਰਵਾ ਦੇਵਾਂਗੇ, ਠੀਕ ਹੈ। ਕੰਪਨੀ ਨਹੀਂ ਕਰਨਾ ਬਾਈ ਜੀ? ਹਾਂ, ਕੰਪਨੀ ਨੂੰ, ਠੀਕ ਹੈ, ਜਿੰਨਾ ਕੁ ਆਪਣੇ ਹੱਥ ਉਹਨਾਂ ਦੇ ਜ਼ਿਮੀਂਦਾਰ ਦਾ। ਆਹ ਨੰਬਰ ਚੱਲੀ ਜਾਂਦੇ ਬਾਈ, ਤੁਸੀਂ ਟਰੈਕਟਰ ਨਵਾਂ ਲੈਣਾ, ਰੇਟ ਟਰਾਈ ਮਾਰਨਾ, ਵਾਹ ਕੇ ਦੇਖਣਾ, ਸਰਵਿਸ ਕਰਾਉਣੀ ਆ ਤੁਸੀਂ, ਬਾਈ ਹੋਰਾਂ ਨੇ ਸੰਪਰਕ ਕਰ ਲਓ ITI ਪੁਲ ਦੇ ਥੱਲੇ, ਆਹ ਨੰਬਰ ਚੱਲੀ ਨਾ। ਗੁਰਵਿੰਦਰ ਤੁਸੀਂ ਸਾਰੇ ਜਾਣਦੇ ਹੋ, ਬਾਈ ਦਾ ਪਿੰਡ ਕੁੱਤੀਵਾਲ ਹੈ, ਤਲਵੰਡੀ ਸਾਬੋ 'ਚ ਇਹਨੇ ਬੜੀਆਂ ਮਸ਼ੀਨਾਂ ਵੇਚੀਆਂ, ਆਪਣੇ ਵਾਲੀਆਂ ਅਚਾਰ ਵਾਲੀਆਂ, ਹੈ ਨਾ ਬਾਈ? ਹਾਂਜੀ ਹਾਂ, ਮੱਕੀ। ਆਪਾਂ ਵੀਡੀਓ ਪਾਈ ਪਹਿਲਾਂ, ਬਹੁਤ ਦੇਖੋ ਬਾਹਰਲੇ ਸਟੇਟਾਂ 'ਚ ਵੀ ਭੇਜਤੀਆਂ ਸੀ ਨਾ? ਹਾਂ ਬਾਈ ਜੀ, ਤੁਹਾਡੀ ਵੀਡੀਓ ਨਾਲ ਵੀ ਬਹੁਤ ਫਾਇਦਾ ਹੋਇਆ ਆਪਾਂ ਨੂੰ। ਤੇ ਆ ਕਰ ਲਓ ਨੰਬਰ ਇਸ ਵਰਕ ਬਾਈ, ਜਗਤਜੀਤ ਦਾ ਕੋਈ ਸੰਦ ਲੈਣਾ, ਕੀ ਕਹਿੰਦੇ ਤੁਸੀਂ? ਆਹੀ ਵੀ ਤੁਹਾਡੀ ਵੀਡੀਓ ਨਾਲ ਬਹੁਤ ਫਾਇਦਾ ਮਿਲਿਆ ਸਾਨੂੰ, ਪਹਿਲਾਂ ਕਰਵਾਈਆਂ ਆਪਾਂ ਵੀਡੀਓ, ਮਸ਼ੀਨਾਂ ਬਹੁਤ ਵਿਕੀਆਂ ਆਪਣੀਆਂ। ਚਲੋ ਇਸ ਵਾਰ ਵੀ ਬਾਈ ਦਿਓ ਸਾਥ, ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਿਓ। ਆ ਬਾਈ ਹੁਣੀ ਦੋਨੇ ਪਾਰਟਨਰ ਆ, ਦੋਨੇ ਤੁਹਾਨੂੰ ਮਿਲਣਗੇ ਇੱਥੇ। ਤੇ ਜਗਤਜੀਤ ਦਾ ਕੋਈ ਵੀ ਸੰਦ ਲੈਣਾ, ਇੰਡੋ ਫਾਰਮ ਦਾ ਕੋਈ ਵੀ ਟਰੈਕਟਰ ਛੋਟਾ ਵੱਡਾ ਲੈਣਾ, ਬਾਈ ਹੋਰਾਂ ਨਾਲ ਸੰਪਰਕ ਕਰੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ।